ਸਵਾਗਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਰਿਲੇਟਿਡ ਅਪਡੇਟ ਲੈ ਕੇ ਆਏ ਹਾਂ ਜੀ ਲੈ ਕੇ ਆਏ ਜੋ ਕਿ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਜੀ ਜਿਸ ਦੇ ਵਿੱਚ ਪੰਜਾਬ ਪਟਵਾਰੀ ਦੇ ਰਿਲੇਟਿਡ ਅਪਡੇਟ ਦਿੱਤੇ ਜਾ ਰਹੇ ਨੇ ਕਿ ਉਸ ਦੀਆਂ ਭਰਤੀਆਂ ਦੇ ਰਿਲੇਟਿਡ ਜਾਂ ਰੱਦ ਹੋਣਗੀਆਂ ਜਾਂ ਆਉਣਗੀਆਂ ਕੀ ਹੋਏਗਾ ਨਵੀਆਂ ਭਰਤੀਆਂ ਦਾ ਜੋ ਕਿ 1766 ਦਾ ਇੱਕ ਲੈਟਰ ਜਿਹੜਾ ਜੀ ਵਾਇਰਲ ਹੋ ਰਿਹਾ ਹੈ ਕਾਫੀ ਜ਼ਿਆਦਾ ਸੋ ਉਸ ਦੇ ਰਿਲੇਟਿਡ ਮੈਂ ਤੁਹਾਨੂੰ ਦੱਸਾਂਗਾ ਅੱਜ ਦੀ ਵੀਡੀਓ ਦੇ ਵਿੱਚ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਣਾ ਹੈ ਜੀ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਇਸ ਅਪਡੇਟ ਦੇ ਬਾਰੇ ਵਿੱਚ ਮੈਂ ਤੁਹਾਡੇ ਲਈ ਹਰ ਇੱਕ ਤਰ੍ਹਾਂ ਦੇ ਅਪਡੇਟ ਲੈ ਕੇ ਆਉਂਦਾ ਹੀ ਰਹਿਣਾ ਹਾਂ ਤੁਸੀਂ ਅਗਰ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਤੁਸੀਂ ਸਮਾਂ ਰਹਿੰਦੇ ਇਹਦੇ ਲਈ ਅਪਲਾਈ ਕਰ ਪਾਉਗੇ ਮੈਂ ਸਾਰੇ ਇਹ ਅਪਡੇਟ ਆਪਣੇ ਚੈਨਲ ਤੇ ਅਪਡੇਟ ਕਰਦਾ ਹਾਂ ਜੀ ਚਾਹੇ ਉਹ ਸੈਂਟਰ ਵੱਲੋਂ ਹੋਣ ਸਟੇਟ ਵੱਲੋਂ ਹੋਣ ਜਾਂ ਫਿਰ ਕੋਈ ਜੌਬ ਅਪਡੇਟ ਹੀ ਹੋਵੇ ਹਰ ਤਰ੍ਹਾਂ ਦੇ ਨਵੇਂ ਤੋਂ ਨਵਾਂ ਜੌਬ ਅਪਡੇਟ ਤੁਹਾਡੇ ਲਈ ਲੈ ਕੇ ਆਂਦਾ ਹੀ ਰਹਿਣਾ ਹੈ ਸੋ ਤੁਸੀਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖਿਓ ਤੁਹਾਡੇ ਲਈ ਹਰ ਤਰ੍ਹਾਂ ਦੇ ਜੌਬ ਅਪਡੇਟ ਲੈ ਕੇ ਆਂਦੇ ਰਵਾਂਗੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਇਸ ਨਿਊਜ਼ ਦੇ ਬਾਰੇ ਵਿੱਚ ਜਿਸ ਨਿਊਜ਼ ਦੇ ਬਾਰੇ ਵਿੱਚ ਕਾਫੀ ਸਾਰੇ ਜਿਹੜੇ ਬਲੌਗਸ ਨੇ ਜਾਂ ਬਲੌਗ ਲਿਖੇ ਗਏ ਨੇ ਸੋ ਉਸ ਦੇ ਰਿਲੇਟਡ ਫਾਈਨਲ ਕੋਈ ਕਨਫਰਮੇਸ਼ਨ ਨਹੀਂ ਹੈ ਲੇਕਿਨ ਲੇਕਿਨ ਲੈਟਰ ਜਰੂਰ ਬਾਹਰ ਆ ਰਿਹਾ ਹੈ ਜੀ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ 1768 ਪਟੀਆਂ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ ਚਲੋ ਤੁਹਾਨੂੰ ਉਹ ਵੀ ਦਿਖਾ ਦਿੰਦਾ ਹੈ ਤੇ ਨਾਲ ਦੇ ਨਾਲ ਨਿਊਜ਼ ਜਿਹੜਾ ਹੈ ਜੀ ਅਪਡੇਟ ਹੈ ਉਹ ਵੀ ਦੇ ਦੇਣਾ ਸੋ ਇਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਪੰਜਾਬ ਸਰਕਾਰ ਕਰੇਗੀ ਸੇਵਾ ਮੁਕਤ 1768 ਪਟੀਆਂ ਆਰਿਆਂ ਦੀ ਭਰਤੀ ਸੋ ਪਟਵਾਰੀ ਭਰਤੀ ਹੋਣ ਵਾਲੇ ਉਮੀਦਵਾਰਾਂ ਦੀ ਸ਼ਵਾਵਾ ਤੇ ਕੈਪਟਨ ਸਰਕਾਰ ਪਾਣੀ ਫੇਰਨ ਲੱਗੀ ਹੈ ਸੋ ਸਰਕਾਰ ਨੇ ਪਟਵਾਰੀ ਤੇ ਕਾਨੂੰਗੋ ਦੀ ਰੈਗੂਲਰ ਤੇ ਨਵੀਂ ਭਰਤੀ ਕਰਨ ਦੀ ਬਜਾਏ ਸੇਵਾ ਮੁਕਤ ਪਟਵਾਰੀ ਰੱਖਣ ਦਾ ਫੈਸਲਾ ਕੀਤਾ ਹੈ ਮਾਲ ਤੇ ਮੁਰ ਸੇਵਾ ਵਿਭਾਗ ਪੰਜਾਬ ਜੋ ਕਿ ਸੂਬੇ ਦੇ 12 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 1766 ਪਟਵਾਰੀ ਠੇਕੇ ਦੇ ਆਧਾਰ ਤੇ ਓਕੇ ਪੁਕੇ 25000 ਰੁਪਏ ਮਹੀਨਾ ਤਨਖਾਹ ਦੇ ਰੱਖਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਸੋ ਇਸ ਦੇ ਵਿੱਚ ਉਹਨਾਂ ਨੇ ਜਿਹੜੇ ਹੈ ਜੀ ਠੇਕੇ ਦੇ ਆਧਾਰ ਤੇ ਜਿਹੜੇ ਆਲਰੇਡੀ ਐਕਸਪਰਟ ਵਾਰੀ रह ਚੁੱਕੇ ਨੇ ਉਹਨਾਂ ਨੂੰ ਜਿਹੜਾ ਰੱਖਣ ਦਾ ਫੈਸਲਾ ਹੈ ਕੈਪਟਨ ਸਰਕਾਰ ਨੇ ਲੈ ਲਿਆ ਹੈ ਜੀ ਇਹਦੀ ਕਨਫਰਮੇਸ਼ਨ ਕਿਤੋਂ ਹੁੰਦੀ ਹੈ ਇੱਕ ਲੈਟਰ ਹੈ ਜੋ ਕਿ ਮੈਂ ਅੱਗੇ ਤੁਹਾਨੂੰ ਉਹ ਵੀ ਦਿਖਾਵਾਂਗਾ ਸੋ ਇਸ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਅਧੀਨ ਸੇਵਾਵਾਂ ਚੋਨ ਬੋਰਡ ਨੇ 1152 ਸਾਮੀਆਂ ਵਾਲੀ ਪ੍ਰੀਖਿਆ ਲਈ ਹੈ ਜਿਸ ਦਾ ਨਤੀਜਾ ਅਗਸਤ ਦੇ ਮਹੀਨੇ ਵਿੱਚ ਹੀ ਜਿਹੜਾ ਹੈ ਜੀ ਉਹ ਐਲਾਨ ਦੇ ਜਾਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਸੋ ਅੰਕੜੇ ਦੱਸਦੇ ਹਨ ਕਿ ਸੂਬੇ ਵਿੱਚ 2.34 ਲੱਖ ਮੁੰਡੇ ਦੇ ਮੁੰਡੇ ਤੇ ਕੁੜੀਆਂ ਨੇ ਪਟਵਾਰੀ ਬਣਨ ਲਈ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ 1 ਲੱਖ 75 ਹੇਦਾਰਮੂ ਇਹ ਦਵਰ ਪਟਵਾਰੀ ਸਮੇਂ ਲਈ ਪ੍ਰੀਖਿਆ ਵਿੱਚ ਬੈਠੇ ਸਨ ਇਹਨਾਂ ਵਿੱਚੋਂ 1 ਲੱਖ ਤੋਂ ਵੱਧ ਜਿਹੜੀਆਂ ਸੀਗੀਆਂ ਉਹ ਕੁੜੀਆਂ ਹੀ ਸੀਗੀਆਂ ਲੜਕੀਆਂ ਹੀ ਸੀਗੀਆਂ ਜਿਹੜੀਆਂ ਕਿ ਸ਼ਾਮਲ ਸੀ ਇਹ ਹੀ ਨਹੀਂ ਪੰਜਾਬ ਸਰਕਾਰ ਨੇ ਵਿੱਤ ਵਿਭਾਗ ਨੇ 52 ਸਾਲ ਦੀ ਸਰਵਿਸ ਪੂਰੀ ਕਰਨ ਵਾਲੇ ਕਰਮਚਾਰੀ ਅਧਿਕਾਰੀਆਂ ਨੂੰ ਵਾਧਾ ਦੇਣ ਤੇ ਰੋਕ ਲਗਾਈ ਹੈ ਅਗਰ ਉਨਾਂ ਨੇ 158 ਸਾਲ ਦੀ ਸਰਵਿਸ ਪੂਰੀ ਕਰ ਦਿੱਤੀ ਹੈ ਜਿਨ੍ਹਾਂ ਨੇ ਆਲਰੇਡੀ ਰਿਟਾਇਰ ਹੋ ਚੁੱਕੇ ਨੇ ਫਿਰ ਉਹਨਾਂ ਨੂੰ ਅਗਰ ਉਹਨਾਂ ਨੇ ਰੋਕ ਲਾਈ ਆ ਤੇ ਇਹ ਪਟਵਾਰੀ ਕਿੱਦਾਂ ਭਰਤੀ ਕਰਨਗੇ ਸੋ ਇਹਦੇ ਰਿਲੇਟਡ ਫਿਰ ਸੇਵਾਮੁਕਤ ਪਟਵਾਰੀਆਂ ਨੂੰ ਭਰਤੀ ਕਰਨਾ ਜਿੱਥੇ ਸਰਕਾਰ ਦੇ ਆਪਣੇ ਪੁਰਾਣੇ ਫੈਸਲੇ ਦੇ ਉਲਟ ਹੈ ਉਥੇ ਸਰਕਾਰ ਦੇ ਕਰ ਕਰ ਰੋਜ਼ਗਾਰ ਦੇ ਦਾਅਵਿਆਂ ਦੀ ਵੀ ਪੋਲ ਖੋਲਦੇ ਹੋਏ ਨਜ਼ਰ ਆ ਰਹੀ ਹੈ ਜੀ ਸੋ ਇਹ ਤੁਸੀਂ نیچے ਇੱਕ ਲੈਟਰ ਜਿਹੜਾ ਜੀ ਦੇਖ ਪਾ ਰਹੇ ਹੋਵੋਗੇ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਤੁਸੀਂ ਦੇਖ ਪਾ ਰਹੇ ਪੰਜਾਬ ਸਰਕਾਰ ਨੇ ਜਿਹੜਾ ਜੀ ਉਹ ਭੇਜਿਆ ਹੋਇਆ ਹੈ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੋ ਮਾਲ ਪਟਵਾਰੀ ਦੀਆਂ ਖਾਲੀ ਸਾਮੀਆਂ ਠੇਕੇ ਦੇ ਆਧਾਰ ਤੇ ਰਿਟਾਇਰ ਪਟਵਾਰੀ ਅਤੇ ਕਾਨੂੰਗੋ ਦੀ ਭਰਤੀਕਰਨ ਸੰਬੰਧੀ ਹੈ ਸੋ ਇਸ ਦੇ ਵਿੱਚ ਤੁਸੀਂ ਪ੍ਰੋਪਰ ਦੇਖ ਪਾ ਰਹੇ ਹੋ ਜੀ ਜਿਹੜਾ ਕਿ ਠੇਕੇ ਦੇ ਆਧਾਰ ਤੇ ਭਰਤੀ ਹੋਣ ਵਾਲੇ ਰਿਟਾਇਰ ਪਟਵਾਰੀਆਂ ਨੂੰ ਕਾਨੂੰਗੋ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਠੇਕੇ ਦੇ ਆਧਾਰ ਤੇ ਭਰਤੀ ਹੋਵੇਗੀ ਆਰਜੀ ਵਾਲੇ ਰਿਟਾਇਰਡ ਪਟਵਾਰੀਆਂ ਨੂੰ ਹੀ ਜਿਹੜੇ ਰੱਖਿਆ ਜਾਏਗਾ ਜਿਨ੍ਹਾਂ ਦੀ ਉਮਰ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਠੇਕੇ ਦੇ ਆਧਾਰ ਤੇ ਭਰਤੀ ਹੋਣਗੇ ਜੀ ਇਹ ਸਾਰੇ ਜਿਹੜੇ ਪਟਵਾਰੀ ਹੋਣਗੇ ਸੋ ਇਹ ਡਾਕੂਮੈਂਟ ਵੀ ਤੁਸੀਂ ਡਾਊਨਲੋਡ ਕਰ ਪਾਉਗੇ ਜ ਇਦਾnga ਡਾਊਨਲੋਡ ਕਰਨ ਦੇ ਲਈ ਸੋ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਮੈਂ ਤੁਹਾਡੇ ਲਈ ਹਰ ਤਰ੍ਹਾਂ ਦੇ ਜੌਬ ਅਪਡੇਟ ਲੈ ਕੇ ਇਸੇ ਤਰ੍ਹਾਂ ਹੀ ਆਂਦੇ ਰਾਵਾਂਗੇ ਸੋ ਵੇਟ ਰਹੇਗਾ ਜੀ ਕਿ ਇਹ ਨੋਟੀਫਿਕੇਸ਼ਨ ਜਾਰੀ ਕਦੋਂ ਹੁੰਦਾ ਸੋ ਜਿਹੜੇ ਦੂਜੀ ਪਟਵਾਰੇ ਦੀ ਭਰਤੀ 1152 ਆਈਡੀ ਹੈ ਬਾਹਰ ਕੱਢੀਆਂ ਗਈਆਂ ਨੇ ਸੇਵਾਵਾਚੋਂ ਬੋਰਡ ਦੇ ਅੰਦਰ ਸੋ ਉਸ ਦੇ ਬਾਰੇ ਵੀ ਅਪਡੇਟ ਕੋਈ ਆਂਦਾ ਹੈ ਤਾਂ ਜ਼ਰੂਰ ਤੁਹਾਡੇ ਲਈ ਲੈ ਕੇ ਆਵਾਂਗਾ ਸੋ ਮਿਲਾਂਗਾ ਜੀ ਤੁਹਾਨੂੰ ਹੁਣ ਮੈਂ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਜੀ